ਨੀ ਮੈਚ ਦੇ ਅੰਦਰ ਸਟੇਡੀਅਮ ਚ ਚੋਰ ਨੀ ਵੜਿਆ ਤੇ ਮੈਚ ਬੰਦ ਹੋ ਗਿਆ। ਕਿਉਂ? ਪਬਲਿਕ ਉੱਠ ਕੇ ਖਲੋ ਗਈ। ਕਿਉਂ? ਉਹ ਕਹਿੰਦੀ ਚੌਧਰੀ ਟਾਸ ਬਾਅਦ ਚ ਹੋਏਗਾ, ਪਹਿਲੇ ਤੇਰਾ ਲਤੀਫਾ ਸੁਣਨਾ ਸੀ। ਸਾਰੀ ਟੀਮ ਇੰਜ ਚੌਂਕ ਚ ਖਲੋਤੀ ਹੈ ਤੇ ਚੋਰੀ ਵਿੱਚ ਖਲੋਤਾ ਵਿਕਟ ਦੇ ਉੱਤੇ। ਅਰੇ ਰੂਲਾ ਫੇਰਨ ਤੋਂ ਪਹਿਲੇ ਚੋਰੀ ਵਿਕਟ ਤੇ ਫਿਰਿਆ। ਅੱਛਾ ਚੌਧਰੀ ਡਾਂਸ ਕਰਦਾ ਨਾ, ਲੱਗਦਾ ਬਤਖ ਦੀ ਕਮੇਟੀ ਨਿਕਲੀ। ਸਟੇਡੀਅਮ ਦੇ ਵਿੱਚ ਗਏ, ਰੌਲੇ ਪੈ ਗਏ, ਖੱਪਾਂ ਪੈ ਗਈਆਂ, ਚੋਰੀ ਲਤੀਫਾ, ਚੋਰੀ ਲਤੀਫਾ ਆ ਗਿਆ। ਉੱਥੇ ਲਤੀਫਾ ਸੁਣਾਇਆ, ਮੱਤ ਵੱਜ ਗਈ ਸਭ ਦੀ। ਕਿਹੜਾ? ਮੈਂ ਲਤੀਫਾ ਸੁਣਾਇਆ ਵੀ ਇੱਕ ਬੰਦਾ ਮੈਚ ਵੇਖਣ ਗਿਆ, ਆਏ ਹੈ ਤੇ ਵੇਖ ਕੇ ਆ ਗਿਆ। ਲੋਕੀ ਇੰਨੇ ਮੁਤਾਸਰ ਹੋਏ, ਉਹਨਾਂ ਨੇ ਟਾਸ ਕਰ ਕਰਕੇ ਚੌਧਰੀ ਨੂੰ ਕੁੱਟਿਆ। ਇੰਡੀਆ ਸਟੇਡੀਅਮ ਚ ਤੂੰ ਲਤੀਫਾ ਸੁਣਾਇਆ? ਹਾਂਜੀ। ਇਹ ਤੇਰਾ ਬੇੜਾ ਗਰਕ ਹੋਇਆ, ਮੁੰਡਿਆਂ ਨੇ ਹੱਸ ਹੱਸ ਕੇ ਸਕੋਰ ਹੀ ਨਹੀਂ ਕੀਤਾ। ਚੌਧਰੀ ਨੂੰ ਮੈਂ ਜਾਣਨਾ, ਇਹ ਨਵੀਂ ਗੱਡੀ ਲਈ ਕਰ ਲੈਨੇ? ਅੱਛਾ, ਧਾਗੇ ਵਾਲੀ। ਚਾਚੂ ਸੀਰੀਅਸ ਬਾਤ ਸੁਣਾ ਨਾ, ਇਹੋ ਜਿਹੇ ਗਰੀਬਾਂ ਕੋਲ ਗੱਡੀ ਨਹੀਂ ਹੁੰਦੀ, ਮੰਜੀ ਦੀ ਹੀ ਇੱਥੇ ਪਹੁੰਚਾ ਕੇ ਪੀ। ਚੌਧਰੀ ਸਾਹਿਬ ਫਿਲਮ ਸਟਾਰ ਸੁਪਰ ਸਟਾਰ ਸਨਾ ਆਏ ਨੇ, ਉੱਧਰ ਧਿਆਨ ਕਰੋ ਜ਼ਰਾ। ਸੀਰੀਅਸ ਗੱਲ ਸੁਣਾਓ ਨਾ। ਸੀਰੀਅਸ ਗੱਲ ਕੀ ਸੁਣਾਉਣੀ ਆ ਸਨਾ ਜੀ, ਤੁਸੀਂ ਫਿਲਮ ਸਟਾਰ ਹੋ, ਤੁਸੀਂ ਜ਼ੇਨ ਵੀ ਮਾਸ਼ਾਅੱਲਾ ਜ਼ਿਆਦਾ ਰੱਖਦੇ ਹੋ, ਦੁਨੀਆ ਤੁਹਾਡੀ ਫੈਨ ਆ, ਤੇ ਚੌਧਰੀ ਲਤੀਫਾ ਆਪ ਤੁਹਾਡਾ ਫੈਨ। ਹਾਏ ਹਾਏ, ਤੁਹਾਡੀ ਫਿਲਮ ਵੇਖੀ ਆ ਰੇਸ਼ਮਾ, ਉਹਦੇ 'ਚ ਕੀ ਤੁਸੀਂ ਸੋਹਣੇ ਲੱਗੇ ਹੋ ਜਦੋਂ ਡੋਲਾ ਜ਼ਿਲਾ ਤੋ ਰੇਸ਼ਮਾ ਤੇਰੀ। ਤੁਸੀਂ ਵੀ ਫਿਲਮ 'ਚ ਆਇਆ ਸੋ, ਮੁਮਰ ਰਾਣੇ ਤੁਹਾਨੂੰ ਹੱਥ ਫੜਿਆ ਸੀ। ਤੁਹਾਨੂੰ ਸੁਣਾਉਣ ਲੱਗਾ ਬਈ, ਇਹ ਸੀਰੀਅਸ ਗੱਲ। ਇੱਕ ਰਾਤ ਨੂੰ ਬੰਦਾ ਸੁੱਤਾ ਪਿਆ ਤੇ ਮਹੱਲੇ 'ਚ ਖੱਪ ਪਈ, ਸ਼ੋਰ ਪੈ ਗਿਆ, ਬੰਦਾ ਘਬਰਾ ਕੇ ਬਾਹਰ ਗਿਆ। ਉਹਨੇ ਜਾ ਕੇ ਵੇਖਿਆ, ਪੁੱਛਿਆ ਵੀ ਕੀ ਹੋਇਆ, ਉਹ ਕਹਿੰਦਾ ਯਾਰ ਕੁਛ ਨਹੀਂ ਹੋਇਆ, ਪਿੰਡ ਦੇ ਖੂਹ 'ਚ ਕਿਸੇ ਨੇ ਨਾ ਜ਼ਹਿਰ ਪਾਤੀ ਏ ਤੇ ਪਾਣੀ ਨਾ ਪੀਓ। ਓਏ, ਉਹ ਬੰਦਾ ਗੱਲ ਸੁਣ ਕੇ ਅੰਦਰ ਗਿਆ, ਉਹਦੀ ਬੁੱਢੀ ਕਹਿੰਦੀ ਜਾਨੂੰ ਬਾਹਰ ਗਏ ਸੋ ਕੀ ਹੋਇਆ? ਕਹਿੰਦਾ ਕੁਛ ਨਹੀਂ, ਬਸ ਪਾਣੀ ਪੀ ਤੇ ਸੌਂ ਜਾ।